ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਨ 300 ਤੋਂ ਜ਼ਿਆਦਾ ਸੁਰੱਖਿਆ ਜਵਾਨ ਡੇਰੇ ਤੇ ਰੱਖਣਗੇ ਨਿਗਰਾਨੀ RAMDHIM ਨਹੀਂ ਕਰ ਸਕੇਗਾ ਇਹ ਕੰਮ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਡੇਰਾ ਮੁਖੀ RAMDHIM ਨੂੰ 21 ਦਿਨਾਂ ਦੀ ਪੈਰੋਲ ਤੋਂ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਉਨਾਂ ਦੀ ਪੈਰੋਲ ਨੂੰ ਉੱਤਰ ਪ੍ਰਦੇਸ਼ ਤੇ ਪੰਜਾਬ ਦੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਿੱਥੇ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਆਪਣੇ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਉੱਥੇ ਛੁੱਟੀਆਂ ਫਾਹਮਾ ਤੋਂ ਬਚਣ ਦਾ ਵੀ ਆਦੇਸ਼ ਜਾਰੀ ਕੀਤੇ ਨੇ ਹੁਣ 300 ਤੋਂ ਵਧੇਰੇ ਸੁਰੱਖਿਆ ਜਵਾਨ ਡੇਰੇ ਤੇ ਨਿਗਰਾਨੀ ਕਰਨਗੇ ਡੇਰਾ ਮੁਖੀ ਸ਼ਰਤਾ ਦੇ ਅਨੁਸਾਰ ਨਹੀਂ ਕਰ ਸਕੇਗਾ ਆਹ ਕੰਮ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਗਿਆ ਹੈ ਉੱਥੇ ਹੀ ਡੇਰੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਭਾਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਉਹਨਾਂ ਦੀ ਸੁਰੱਖਿਆ ਵਿੱਚ 300 ਤੋਂ ਵੱਧ ਦੇ ਜਵਾਨ ਡੇਰੇ ਵਿੱਚ ਤਾਇਨਾਤ ਰਹਿਣਗੇ ਉਥੇ 300 ਤੋਂ ਵੱਧ ਜਵਾਨ ਉਹਨਾਂ ਦੀ ਸੁਰੱਖਿਆ ਵਿੱਚ ਲਾਏ ਜਾ ਰਹੇ ਉੱਥੇ 100 ਜਵਾਨ 8 ਘੰਟੇ ਦੀ ਸ਼ਿਫਟ ਵਿੱਚ ਆਪਣੀ ਡਿਊਟੀ ਕਰਨਗੇ ਡੇਰਾ ਮੁਖੀ ਨੇ ਕੋਈ ਸ਼ਰਤਾਂ ਵੀ ਲਾਗੂ ਕੀਤੀਆਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਸਮਾਗਮ ਨਹੀਂ ਕਰ ਸਕਦਾ ਨਾ ਹੀ ਕਿਸੇ ਸਿਆਸੀ ਮਾਮਲੇ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਡੇਰੇ ਵਿੱਚ ਕੋਈ ਵੀ ਧਾਰਮਿਕ Satsang ਕਰਨ ਦੀ ਇਜਾਜ਼ਤ ਨਹੀਂ ਹੋਏਗੀ ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਲਾਜ਼ਮੀ ਹੋਏਗੀ ਖਬਰ ਲਿਆ ਸਕਦੇ ਖਲ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ